ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਅਮਰਜੀਤ ਸਿੰਘ ਕਮਰ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਅੱਜ ਬਹੁਤ ਮਹੱਤਵਪੂਰਨ ਟੌਪਿਕ ਹੈ ਸਾਈਪਰਸ ਔਰ ਸਿੰਗਾਪੁਰ ਬਹੁਤ ਸਾਰੇ ਵਿਦਿਆਰਥੀਆਂ ਲਈ ਇਹ ਵੀਡੀਓ ਸੁਣਨੀ ਬਹੁਤ ਲਾਭਦਾਇਕ ਹੋ ਸਕਦੀ ਹੈ ਕਿਉਂ ਇਹ ਵੀ ਮੈਂ ਦੱਸਣਾ ਪਹਿਲਾਂ ਸਵਾਗਤ ਕਰ ਲਈਏ ਕਮਰ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਲੱਲਾ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਕਮਰ ਸਾਹਿਬ ਜਿੰਨੀ ਦੇਰ ਤੱਕ ਕੈਨੇਡਾ ਡੱਬ ਕੇ ਵੀਜ਼ਾ ਦੇ ਰਿਆ ਸੀ ਕੈਨੇਡਾ ਦੇ ਹਾਲਾਤ ਬਹੁਤ ਚੰਗੇ ਸੀ ਆਸਟ੍ਰੇਲੀਆ ਦੇ ਵੀ ਵੀਜ਼ੇ ਮਿਲਦੇ ਸੀ ਯੂਕੇ ਚ ਵੀ ਬਹੁਤ ਆਸਾਨੀ ਨਾਲ ਵਿਦਿਆਰਥੀ ਜਾਂਦੇ ਸੀ ਉਨੀ ਦੇਰ ਸਾਈਪਰਸ ਸਿੰਗਾਪੁਰ ਵਾਲੇ ਪਾਸੇ ਜ਼ਿਆਦਾ ਗੱਲ ਨਹੀਂ ਸੀ ਹੁੰਦੀ ਪਰ ਤੁਸੀਂ ਸਾਈਪਰਸ ਔਰ ਸਿੰਗਾਪੁਰ ਦੀ ਅਹਿਮੀਅਤ ਕਰਕੇ ਹਮੇਸ਼ਾ ਇਹਦਾ ਜ਼ਿਕਰ ਕਰਦੇ ਰਹੇ ਹੋ ਹੁਣ ਅੱਜ ਦੀਆਂ ਸਿਟੀਆਂ ਚ ਕਹਿੰਦੇ ਸਾਈਪਰਸ ਤੇ ਸਿੰਗਾਪੁਰ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਚ ਵਿਦਿਆਰਥੀ ਜਾ ਰਹੇ ਨੇ ਵਿਦਿਆਰਥੀ ਪਹਿਲਾਂ ਕਿਉਂ ਨਹੀਂ ਸੀ ਜਾ ਰਹੇ ਤੇ ਹੁਣ ਕਿਉਂ ਜਾ ਰਹੇ ਨੇ ਕੀ ਵਿਦਿਆਰਥੀ ਵੱਡੇ ਮੁਲਕਾਂ ਦੀ ਭੇੜਚਾਲ ਚ ਇਹ ਚੰਗੀਆਂ ਆਪਸ਼ਨਾਂ ਨੂੰ ਭੁੱਲ ਜਾਂਦੇ ਨੇ ਵਿਦਿਆਰਥੀਆਂ ਦੀ ਗਲਤੀ ਹੈ ਜਿਹੜੇ ਵੱਡੇ ਮੁਲਖਾ ਉਹ ਵੱਡੇ ਹੀ ਹੈ ਦਿਓ ਵੱਡੇ ਰਹਿਣੇ ਉਹਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਪਹਿਲਾ ਸੀਗਾ ਕਿ ਉਹਨੇ ਵੱਡੇ ਮੁਲਖਾਂ ਚ ਰਿਲੈਕਸੇਸ਼ਨ ਇੰਨਾ ਸੀ ਕਿ ਹਰ ਬੱਚਾ ਜਾਂ ਕਹਿ ਲਈਏ ਕਿ ਮੋਸਟ ਆਫ ਦਾ ਬੱਚਾ ਉੱਥੇ ਜਾ ਪਾ ਰਿਆ ਸੀ ਇਹ ਕੰਟਰੀਆਂ ਉਹਨਾਂ ਬੱਚਿਆਂ ਨੂੰ ਹੈਲਪ ਕਰਦੀਆਂ ਨੇ ਜਿਹੜੀਆਂ ਇਹ ਬੱਚੇ ਵੀਕ ਨੇ ਜਾਂ ਪੜ੍ਹਾਈ ਚ ਵੀਕ ਨੇ ਯਾ ਉਹ ਫਾਈਨੈਂਸ਼ੀਅਲੀ ਪੱਧਰ ਤੇ ਪੈਸੇ ਦੇ ਤੌਰ ਤੇ ਵੀਕ ਨੇ ਵੀ ਉਹ ਡਾਇਰੈਕਟ ਕੈਨੇਡਾ ਅਫੋਰਡ ਨਹੀਂ ਕਰ ਸਕਦੇ 25 ਲੱਖ ਦਾ ਉਹ ਡਾਇਰੈਕਟ ਯੂਕੇ 20 ਲੱਖ ਦਾ ਅਫੋਰਡ ਨਹੀਂ ਕਰ ਸਕਦੇ ਉਹ ਡਾਇਰੈਕਟ ਫਿਨਲੈਂਡ 15 ਲੱਖ ਦਾ ਅਫੋਰਡ ਨਹੀਂ ਕਰ ਸਕਦੇ ਤਾਂ ਉਹ ਇੱਥੋਂ ਜਾ ਕੇ ਆਪਣਾ ਬੇਸ ਸੈੱਟ ਕਰ ਸਕਦੇ ਨੇ ਫਿਰ ਉਹ ਬੇਸ ਆਪਣਾ ਤਿਆਰ ਕਰਕੇ ਉੱਥੋਂ ਫਿਰ ਦੁਬਾਰਾ ਇੰਨਾ ਹੀ ਮੁਲਕਾਂ ਦੇ ਵਿੱਚ ਅਗਰ ਉਹ ਜਾਣਾ ਚਾਹੁੰਦੇ ਆ ਤੇ ਇੰਨਾ ਚ ਜਾ ਸਕਦੇ ਨੇ ਉੱਥੇ ਹੀ ਆਪਣਾ ਸਿਸਟਮ ਬਣਾਉਣਾ ਚਾਹੁੰਦੇ ਆ ਤੇ ਉੱਥੇ ਵੀ ਆਪਣਾ ਸਿਸਟਮ ਬਣਾ ਸਕਦੇ ਨੇ ਸਿੰਗਾਪੁਰ ਵੀ ਤੁਹਾਨੂੰ ਪਾਥਵੇ ਪ੍ਰੋਗਰਾਮਸ ਦਿੰਦਾ ਤੇ ਸਾਈਪਰਸ ਵੀ ਤੁਹਾਨੂੰ ਪਾਥਵੇ ਪ੍ਰੋਗਰਾਮਸ ਦਿੰਦਾ ਜਿੱਥੇ ਤੁਸੀਂ ਸਾਲ ਦੋ ਸਾਲ ਪੜ੍ਹ ਕੇ ਫਿਰ ਇੰਨਾ ਕੰਟਰੀਆਂ ਦੇ ਵਿੱਚ ਸਵਿਚ ਮਾਰ ਸਕਦੇ ਹੋ ਅੱਗੇ ਪੜ੍ਹਨ ਲਈ ਵੀ ਜਾ ਸਕਦੇ ਹੋ ਕਈ ਵਰਕ ਪਰਮਿਟ ਤੇ ਵੀ ਉੱਥੋਂ ਜਾ ਸਕਦੇ ਨੇ ਸੋ ਕਈ ਤਰ੍ਹਾਂ ਦੇ ਰਸਤੇ ਉੱਥੇ ਜਾ ਕੇ ਖੁੱਲ ਜਾਂਦੇ ਨੇ ਇਹ ਕੰਟਰੀਆਂ ਦੇ ਵਿੱਚ ਜਾਣਾ ਕਾਫੀ ਸੁਖਾਲਾ ਸਿੰਗapore ਸਭ ਤੋਂ ਜ਼ਿਆਦਾ ਸੌਖਾ ਹੈ ਇਸ ਟਾਈਮ ਕਿਉਂਕਿ ਇੱਥੇ ਤੁਹਾਨੂੰ ਕੋਈ ਹਾਈਲਾਈਟਸ ਕੋਈ ਪੀਟੀ ਸਕੋਰ ਕੋਈ ਟਾਇਫਲ ਕੁਝ ਨਹੀਂ ਚਾਹੀਦਾ ਪਲੱਸ 2 ਚਾਹੀਦੀ ਹੈ ਪਰਸੈਂਟੇਜ ਵੀ ਮੈਟਰ ਨਹੀਂ ਕਰਦੇ ਗੈਪ ਵੀ 8-10 ਸਾਲ ਦਾ ਅਕਸੈਪਟੇਬਲ ਹੈ ਈਵਨ ਕਈ ਕੇਸਾਂ 'ਚ 10ਵੀਂ ਪਾਸ ਵੀ ਇੱਥੇ ਜਾ ਸਕਦਾ ਹੈ ਖਰਚੇ ਦੀ ਗੱਲ ਕਰੀਏ ਤੇ 5 ਲੱਖ ਤੋਂ ਉੱਪਰ ਦਾ ਖਰਚਾ ਨਹੀਂ ਹੁੰਦਾ ਮੇਰੇ ਖਿਆਲ ਨਾਲ ਜੇ ਟਿਕਟ ਵੀ ਵਿੱਚ ਪਾ ਲੋ ਤੇ ਸਾਰਾ ਕੁਝ ਪਾ ਕੇ 5 ਲੱਖ ਦੇ ਲੱਗੇ ਛਾਗੇ ਦਾ ਹੀ ਖਰਚਾ ਹੈ ਜਿੱਦੀ ਚਾਹੀਦੀ ਸਾਲ ਦੀ ਫੀਸ ਵੀ ਚਲੇ ਜਾਂਦੀ ਫਿਰ ਵੱਡੀ ਗੱਲ ਆ ਵੀ ਹੈ ਕਿ ਸਿੰਗਾਪੁਰ ਤੁਸੀਂ 6 ਮਹੀਨੇ ਪੜ੍ਹਦੇ ਹੋ ਤੇ 6 ਮਹੀਨੇ ਜੌਬ ਕਰਦੇ ਹੋ ਤੁਹਾਡਾ ਜਿਹੜਾ ਕੋਰਸ ਹੁੰਦਾ ਹੈ ਮੋਸਟਲੀ ਉਹਨਾਂ ਦੇ ਵਿੱਚ ਇੰਟਰਨਸ਼ਿਪ ਆ ਸੋ ਤੁਹਾਡੀ 6 ਮੰਥ ਕਲਾਸਿਸ ਹੁੰਦੀਆਂ ਨੇ ਤੇ 6 ਮੰਥ ਤੁਹਾਡੀ ਫੁੱਲ ਟਾਈਮ ਜੌਬ ਹੁੰਦੀ ਹੈ ਸੋ ਆ ਇੱਕ ਵੱਡਾ ਬੈਨੀਫਿਟ ਨਾਲ ਹੋ ਜਾਂਦਾ ਹੈ ਇੰਨੇ ਨਾਲ ਆ ਸ਼ਿਉਰਿਟੀ ਹੋ ਜਾਂਦੀ ਵੀ ਜਿੰਨੇ ਤੁਸੀਂ ਪੈਸੇ ਲੈ ਕੇ ਜੈ ਲਿਓ ਉਹਨੇ ਘੱਟੋ ਘੱਟ ਤੁਹਾਨੂੰ ਵਾਪਸ ਮਿਲ ਜਾਣੇ ਹੂੰ ਦੂਸਰੇ ਪਾਸੇ ਆ ਜਾਂਦਾ ਹੈ ਸਾਈਪ੍ਰਸ ਸਾਈਪ੍ਰਸ ਤੁਹਾਡੇ ਲਈ ਪੂਰੇ ਯੂਰਪ ਦਾ ਰਸਤਾ ਖੋਲਦਾ ਸੋ ਐਸੇ ਲਈ ਸਾਈਪ੍ਰਸ ਕਦੀ ਵੀ ਡਿਮਾਂਡ ਚੋਂ ਹਟਿਆ ਨਹੀਂ ਜਿਆਦਾ ਰਿਹਾ ਸਿੰਗਾਪੁਰ ਨਾਲੋਂ ਵੀ ਜ਼ਿਆਦਾ ਡਿਮਾਂਡ ਚ ਰਿਹਾ ਤੇ ਐਸਐਲਈਸ ਆਈਪ੍ਰੈਸ ਦੇ ਰੂਲ ਪਿਛਲੇ ਸਾਲ ਚੇਂਜ ਹੋਏ ਤੇ ਹੁਣ ਇੱਥੇ ਆਈਲੈਟਸ ਪੀਟੀ ਦਾ ਸਕੋਰ ਮੰਗਿਆ ਜਾਂਦਾ ਹੈ ਬੱਚਿਆਂ ਤੋਂ ਇੱਥੇ ਤੁਹਾਨੂੰ ਘੱਟੋ ਘੱਟ 5.5 ਬੈਂਡ ਆਈਲੈਟਸ ਦੇ ਚਾਹੀਦੇ ਹੁੰਦੇ ਨੇ ਪੀਟੀ ਦਾ ਸਕੋਰ 50 ਚਾਹੀਦਾ ਹੁੰਦਾ ਫੇਰ ਹੀ ਪੋਸੀਬਲ ਹੁੰਦਾ ਹੈ ਸਾਈਪ੍ਰਸ ਹੁਣ ਸਾਈਪ੍ਰਸ ਵਿਦਆਊਟ ਆਈਲੈਟਸ ਵਾਲਿਆਂ ਲਈ ਬਹੁਤ ਜ਼ਿਆਦਾ ਕੱਟਾ ਕਿਉਂਕਿ ਕੁਝ ਹੀ ਕਾਲਜਾਂ ਨੂੰ ਅਲਾਉਡ ਹੈ ਕਿ ਉਹ ਆਪਣਾ ਇੰਟਰਨਲ ਐਗਜ਼ਾਮ ਲੈ ਕੇ ਉਹਦੇ ਬੇਸ ਤੇ ਤੁਹਾਨੂੰ ਲੈ ਸਕਦੇ ਆ ਬਟ ਲਿਮਟਡ অপਸ਼ਨ ਨੇ ਬਟ ਜ਼ਿਆਦਾਤਰ ਹੁਣ ਆਈਲੈਂਡਸ ਦੇ ਨਾਲ ਜਾਂਦਾ ਹੈ ਬੱਚਾ ਕਿਉਂਕਿ ਇੱਥੋਂ ਹੁਣ ਅੱਗੇ ਦੇ ਰਸਤੇ ਬਹੁਤ ਸੁਖਾਵੇਂ ਹੋਏ ਪਏ ਆ ਯੂਰਪ ਦੇ ਰਸਤੇ ਬਹੁਤ ਸੁਖਾਵੇਂ ਹੋਏ ਪਏ ਆ ਹੋਰ ਜਗ੍ਹਾ ਦੇ ਬੱਚੇ ਵਰਕ ਪਰਮਿਟ ਸਵਿਚ ਕਰ ਜਾਂਦੇ ਆ ਫਿਰ ਇਟਸੈਲਫ ਸਾਈਪਰਸ ਦੇ ਵਿੱਚ ਵੀ ਬੱਚੇ ਬਹੁਤ ਵਧੀਆ ਕਮਾਉਂਦੇ ਨੇ ਕਿਉਂਕਿ ਯੂਰੋ ਹੀ ਉੱਥੇ ਚੱਲਦੀ ਆ ਕਰੰਸੀ ਸ਼ੈਨੇਗਨ ਵਾਲੀ ਚੱਲਦੀ ਆ ਸੋ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤੇ 100% ਹੈ ਰਿਫਿਊਜ਼ਲ ਦਾ ਐਸ ਕੰਟਰੀ ਚ ਕੋਈ ਚਾਂਸ ਨਹੀਂ ਸਾਡੇ ਨਾਲ ਜਿਹੜੇ ਬੱਚੇ ਅਪਲਾਈ ਕਰਦੇ ਨੇ ਅਸੀਂ ਸਾਰੇ ਹੀ ਪੈਸੇ ਉਹਨਾਂ ਤੋਂ ਉਦਨ ਲੈਨੇ ਆ ਜਿੱਦ ਦਿਨ ਵੀਜ਼ਾ ਉਹਨਾਂ ਦੇ ਹੱਥ ਚ ਫੜਾਉਨੇ ਆ ਸੋ ਸਾਈਪ੍ਰਸ ਤੇ ਸਿੰਗਾਪੁਰ ਇਹ ਉਹ ਸਾਰੇ ਬੱਚਿਆਂ ਲਈ ਆ ਜਿਹੜੇ ਕਿਤੇ ਨਾ ਕਿਤੇ ਐਜੂਕੇਸ਼ਨ ਦੇ ਪੱਖੋਂ ਵੀਕ ਨੇ ਜਿਹੜੇ ਹਾਈਲਟਸ ਕਰਨ ਜਾਂਦੇ ਨੇ ਪਰ 6 ਬੈਂਡ ਨਹੀਂ ਆਉਂਦੇ ਜਾਂ ਹਾਈਲਟਸ ਕਰਨ ਹੀ ਨਹੀਂ ਸਕਦੇ ਸੋ ਉਹਨਾਂ ਬੱਚਿਆਂ ਨੂੰ ਇਹਨਾਂ ਦੇ ਵਿੱਚੋਂ ਇੱਕ ਡੈਸਟੀਨੇਸ਼ਨ ਤੈਅ ਕਰ ਲੈਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਸਾਲ ਦੋ ਸਾਲ ਉਸ ਕੰਟਰੀ ਨੂੰ ਦਵੋ ਤੇ ਇੱਗੇ ਤੁਸੀਂ ਆਪਣੀ ਨੋਹਾਰ ਜਿਹੜੀ ਹੈ ਉਹ ਬਦਲ ਸਕਦੇ ਆ अच्छा एक गल और दस्यो जिमे 10+2 वाले बच्चे ने साडे बहुत सारे 10+2 तो बाद मैरिज हो जाती है स्पौस पॉसिबल है इन दोनों कंट्रीज स्पौस नहीं होता बट ਤੁਸੀਂ ਦੋਨੋਂ ਜਾਣੇ ਜਾ ਸਕਦੇ ਹੋ ਵੱਖਰੇ ਵੱਖਰੇ ਜੀ ਸਟੂਡੈਂਟ ਦੇ ਤੌਰ ਤੇ ਜਾ ਸਕਦੇ ਹੋ ਕਿਉਂਕਿ ਕੰਡੀਸ਼ਨਾਂ ਆ ਜਾਂਦੀਆਂ ਹਨ ਨਹੀਂ ਗਿਆ ਸੋ ਉਸ ਸਪੌਸ ਜਿਹੜਾ ਉਹ ਆਪਣੀ ਫੀਸ ਦੇ ਕੇ ਜਾ ਸਕਦਾ ਉਹ ਵੀ ਐਜ਼ ਅ ਸਟੂਡੈਂਟ ਚੱਲ ਜਾਏਗਾ ਤੁਸੀਂ ਵੀ ਐਜ਼ ਅ ਸਟੂਡੈਂਟ ਚੱਲ ਜਾਓਗੇ ਤਾਂ ਇਨਾਂ ਵੇ ਤੁਸੀਂ ਦੋਨੇ ਜਾਣੇ ਜਾ ਸਕਦੇ ਹੋ আচ্ছা ਇਹਨਾਂ ਦੇ ਵਿੱਚ ਜੇ ਸਿੰਗਾਪੂਰੀਆਂ ਸਾਈਪਰਸ ਇਨਚ ਇਨਟੇਕਸ ਦੀ ਵਿਵਸਥਾ ਕੀ ਹੁੰਦੀ ਹੈ ਆਲਮੋਸਟ ਹਰ 2 ਮਹੀਨੇ ਬਾਅਦ ਹਰ ਦ ਜੇਮੀ ਨੇ ਇੱਥੇ ਇਨਟੇਕ ਹੈਗਾ 1 ਮਹੀਨਾ ਛੱਡ ਕੇ ਸੋ ਤੁਸੀਂ ਕਦੀ ਵੀ ਹੁਣ ਵੀ ਜਿਹੜਾ ਬੱਚਾ ਫਾਈਲ ਲਾਏਗਾ ਉਹ ਜਨੂਅਰੀ ਚ ਚਲਾ ਜਾਏਗਾ ਜਿਹੜਾ ਲੇਟ ਆਏਗਾ ਉਹ ਮਾਰਚ ਚ ਚਲਾ ਜਾਏਗਾ ਸੋ ਬੈਕ ਟੂ ਬੈਕ ਇਨਟੇਕ ਚੱਲਦੇ ਰਹਿਣ ਤੇ ਅੱਛਾ ਜਿੰਨੇ ਸਾਈਪ੍ਰਸ ਜਾ ਕੇ ਕਿੰਨੀ ਕੁ ਦਿਨ ਦੀ ਪੜ੍ਹਾਈ ਵਿਦਿਆਰਥੀ ਘਟੋ ਘਾਟ ਇੱਥੋਂ ਲੈ ਸਕਦਾ ਵੀ ਜੇ ਉਹ ਉੱਥੇ ਸੈਟਲ ਵੀ ਹੋਣਾ ਚਾਹਵੇ ਜਾਂ ਉੱਥੋਂ ਦੂਸਰੇ ਮੁਲਕ ਜਾਣਾ ਹੋਵੇ ਤੇ ਕਿਹੜੀ ਪੜ੍ਹਾਈ ਨਾਲ ਉਹ ਦੂਸਰੇ ਮੁਲਕ ਨਿਕਲ ਸਕਦੇ ਦੇਖੋ ਇੱਥੋਂ ਜਿਹੜਾ ਸਿੰਪਲ ਹੈ ਤੁਸੀਂ ਘੱਟੋ ਘੱਟ ਪੜ੍ਹਾਈ ਦੀ ਗੱਲ ਕਰੋਗੇ ਤਾਂ ਤੁਸੀਂ 1 ਸਾਲ ਦਾ ਡਿਪਲੋਮਾ ਲੈ ਕੇ ਵੀ ਜਾ ਸਕਦੇ ਹੋ ਜੇ ਤੁਸੀਂ ਸਵਿੱਚ ਹੋਣ ਦੀ ਗੱਲ ਕਰਦੇ ਹੋ ਤੇ ਸਾਈਪ੍ਰਸ ਦੇ ਵਿੱਚ ਤੁਸੀਂ ਬੈਚਲਰ ਡਿਗਰੀ ਪ੍ਰੋਗਰਾਮ ਲੈ ਕੇ ਚੱਲ ਸਕਦੇ ਹੋ ਜਿਹਦੀ 2 ਸਾਲ ਡਿਗਰੀ ਦੀ ਪੜ੍ਹਾਈ ਸਾਈਪ੍ਰਸ ਹੋਏਗੀ ਤੀਜਾ ਸਾਲ ਤੁਹਾਡਾ ਯੂਕੇ ਹੋਏਗਾ ਸੋ ਇਸ ਤਰੀਕੇ ਨਾਲ ਹੋਰ ਅਲੱਗ-ਅਲੱਗ ਕਾਲਜਾਂ ਦੇ ਅਲੱਗ-ਅਲੱਗ ਲੈਵਲ ਦੇ ਪ੍ਰੋਗਰਾਮਸ ਹੈ ਜਿੱਥੋਂ ਤੱਕ ਵਰਕ ਪਰਮਿਟ ਵਾਲੀ ਗੱਲ ਹੈ ਕਿ ਆਪਾਂ ਉੱਥੋਂ ਕੈਨੇਡਾ ਵਰਕ ਪਰਮਿਟ ਤੇ ਜਾ ਸਕਦੇ ਆ ਜਾਂ ਦੂਜੀ ਜਗ੍ਹਾ ਜਾ ਸਕਦੇ ਉਹ ਸਭ ਕੁਝ ਡਿਪੈਂਡ ਕਰੂਗਾ ਕਿ ਤੁਸੀਂ ਸਾਈਪ੍ਰਸ ਜਾ ਕੇ ਕੀ ਕਰਦੇ ਹੋ ਕੀ ਪੜ੍ਹਦੇ ਹੋ ਕਿਹੜੇ ਕੰਮਾਂ 'ਚ ਐਕਸਪੀਰੀਅੰਸ ਲੈਣੇ ਹੋ ਫਿਰ ਉਸ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਇਹ ਗੇ ਵਰਕ ਪਰਮਿਟ ਲਈ ਅਪਰੋਚ ਕਰ ਸਕਦੇ ਬਿਲਕੁਲ ਠੀਕ ਹੈ ਸੋ 90238 90238 ਤੁਸੀਂ ਇਸ ਨੰਬਰ ਤੇ ਸਾਰੇ ਵਿਦਿਆਰਥੀ ਸੰਪਰਕ ਕਰ ਸਕਦੇ ਹੋ ਮੈਂ ਇੱਕ ਗੱਲ ਹੋਰ ਥੋੜੇ ਤੋਂ ਜਾਨਣਾ ਚਾਹਣਾ ਸੋ ਕੋਈ ਵੀ ਵਿਦਿਆਰਥੀ ਜ਼ਿਆਦਾ ਜਾਣਕਾਰੀ ਦੇ ਲਈ 90238 90238 ਤੇ ਅਮਰਜੀਤ ਸਿੰਘ ਕੰਵਰ ਜਾਂ ਇਹਨਾਂ ਦੀ ਟੀਮ ਨੂੰ ਬਰੌਡਵੇ ਦੇ ਆਫਿਸ ਸੰਪਰਕ ਕਰ ਸਕਦਾ ਹੈ ਥੈਂਕ ਯੂ ਸੋ ਮਚ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ